ਲੋਹੜੀ ਦੇ ਦੌਰਾਨ ਅਚਾਨਕ ਬਲਾਸਟ ਹੋਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਇੱਕ ਪਰਿਵਾਰ ਗਲੀ ਦੇ ਵਿੱਚ ਭੁੱਗਾ ਬਾਲ ਕੇ ਬੈਠਾ ਸੀ ਤੇ ਅਚਾਨਕ ਹੀ ਭੁੱਗੇ ਦੇ ਵਿੱਚ ਬਲਾਸਟ ਹੋ ਜਾਂਦਾ ਤੇ ਚੰਗਿਆੜੇ ਜੋ ਨੇ ਉਹਨਾਂ ਦੇ ਉੱਪਰ ਡਿੱਗ ਜਾਂਦੇ ਨੇ। ਗਨੀਮਤ ਰਹਿੰਦੀ ਹੈ, ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਨਹੀਂ ਆਈ ਹੈ। ਹਾਲਾਂਕਿ ਪਰਿਵਾਰ ਦਾ ਵਾਲ ਵਾਲ ਬਚਾਅ ਹੋਇਆ ਤੇ ਇਸ ਦੌਰਾਨ ਸਾਰੀ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਸਾਰੇ ਲੋਹੜੀ ਬਾਲ ਕੇ ਆਲੇ ਦੁਆਲੇ ਅੱਗ ਦੇ ਬੈਠੇ ਹੁੰਦੇ ਨੇ, ਉਵੇਂ ਇਹ ਪਰਿਵਾਰ ਵੀ ਬਿਲਕੁਲ ਮੱਥਾ ਟੇਕ ਕੇ ਬੈਠਾ ਸੀ ਤੇ ਅਚਾਨਕ ਹੀ ਉਸ ਜੋ ਭੁੱਗਾ ਬਾਲਿਆ ਹੋਇਆ ਸੀ ਉਸ ਦੇ ਵਿੱਚ ਉਹਦੀ ਬਲਾਸਟ ਹੋ ਜਾਂਦਾ ਹੈ, ਜਿਸ ਤੋਂ ਬਾਅਦ ਬਲਾਸਟ ਹੋਣ ਤੋਂ ਬਾਅਦ ਜੋ ਚੰਗਿਆੜੇ ਨੇ ਉਹ ਇਹਨਾਂ ਪਰਿਵਾਰਕ ਮੈਂਬਰਾਂ ਦੇ ਉੱਤੇ ਡਿੱਗ ਪੈਂਦੇ ਨੇ। ਪਰ ਗਨੀਮਤ ਰਹਿੰਦੀ ਹੈ ਕਿ ਨਾਲ ਦੀ ਨਾਲ ਹੀ ਜੋ ਇਹ ਸਾਰੇ ਲੋਕ ਸੀ ਉਹ ਮੌਕੇ ਤੋਂ ਪਿੱਛੇ ਹੋ ਜਾਂਦੇ ਨੇ, ਜਿਸ ਕਾਰਨ ਕਿਹਾ ਜਾ ਰਿਹਾ ਕਿ ਵੱਡਾ ਬਚਾਅ ਹੋ ਗਿਆ ਤਾਂ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ। ਦੇਖੋ, ਫਰਸ਼ ਪਾਇਆ ਸੀਗਾ ਤੇ ਜਦੋਂ ਭੁੱਗਾ ਲਾਇਆ ਵਾ ਇਹਦੇ ਥੱਲੇ ਰੇਤ ਨਹੀਂ ਸੀ ਵਿਛਾਈ ਹੋਈ ਨਾ ਮਿੱਟੀ ਪਾਈ ਹੋਈ ਸੀ। ਅਚਾਨਕ ਜਦੋਂ ਅੱਗ ਤੇਜ਼ ਹੋਈ ਤਾਂ ਫਰਸ਼ ਗਰਮ ਹੋਣ ਕਾਰਨ ਫਟ ਗਿਆ, ਜਿਹੜਾ ਕਿ ਕਾਫੀ ਨੁਕਸਾਨ ਕਰ ਸਕਦਾ ਸੀਗਾ। ਵਾਹਿਗੁਰੂ ਦੀ ਕਿਰਪਾ ਰਹੀ ਕਿ ਨੁਕਸਾਨ ਜਿਹੜਾ ਉਹ ਨਹੀਂ ਹੋਇਆ। ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਵਾਂ ਭੈਣ ਭਰਾਵਾਂ ਆਪਣੇ ਸਾਰਿਆਂ ਨੂੰ ਕਿ ਜਦੋਂ ਵੀ ਤੁਸੀਂ ਲੋਹੜੀ ਦੇ ਦਿਨ ਤਿਉਹਾਰ ਦੇ ਉੱਤੇ ਇਹੋ ਜਿਹਾ ਪ੍ਰੋਗਰਾਮ ਕਰਦੇ ਹੋ ਜਾਂ ਕੁਛ ਤੁਸੀਂ ਭੁੱਗਾ ਲਾਉਂਦੇ ਹੋ ਤਾਂ ਕਿਰਪਾ ਕਰਕੇ ਟਾਇਲ ਦੇ ਉੱਤੇ ਜਾਂ ਫਰਸ਼ ਦੇ ਉੱਪਰ ਮਿੱਟੀ ਜਾਂ ਰੇਤ ਜ਼ਰੂਰ ਵਿਛਾਇਆ ਕਰੋ ਤਾਂ ਕਿ ਜਿਹੜਾ ਕਿਸੇ ਦਾ ਨੁਕਸਾਨ ਜਿਹੜਾ ਵਾ ਉਹ ਨਾ ਹੋਵੇ, ਕਿਉਂਕਿ ਫਰਸ਼ ਅਕਸਰ ਗਰਮ ਹੋਣ ਕਾਰਨ ਫਟ ਜਾਂਦਾ ਵਾ। ਅਤੇ ਇਸੇ ਕਰਕੇ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਸੀਗਾ। ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਵਾਹਿਗੁਰੂ ਦੀ ਕਿਰਪਾ ਰਹੀ ਕਿ ਫੈਮਿਲੀ 'ਚ ਸਾਰੇ ਸੁੱਖ ਸ਼ਾਂਤ ਨੇ। ਅਤੇ ਮੇਰਾ ਇਹੀ ਮੈਸੇਜ ਹੈ ਕਿ ਤੁਸੀਂ ਵੀ ਜਦੋਂ ਕਿਤੇ ਵੀ ਲੋਹੜੀ 'ਤੇ ਅੱਗ ਲਾਉਂਦੇ ਹੋ, ਭੁੱਗਾ ਬਾਲਦੇ ਹੋ ਅਤੇ ਉਹਦੇ ਥੱਲੇ ਰੇਤ ਜਾਂ ਮਿੱਟੀ ਜ਼ਰੂਰ ਵਿਛਾਇਆ ਕਰੋ ਤਾਂ ਕਿ ਜਿਹੜਾ ਵਾ ਇੱਦਾਂ ਦਾ ਨੁਕਸਾਨ ਜਿਹੜਾ ਵਾ ਉਹ ਨਾ ਹੋ ਸਕੇ। ਲੋਹੜੀ ਦੇ ਦੌਰਾਨ ਅਚਾਨਕ ਬਲਾਸਟ ਹੋਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਇੱਕ ਪਰਿਵਾਰ ਗਲੀ ਦੇ ਵਿੱਚ ਭੁੱਗਾ ਬਾਲ ਕੇ ਬੈਠਾ ਸੀ ਤੇ ਅਚਾਨਕ ਹੀ ਭੁੱਗੇ ਦੇ ਵਿੱਚ ਬਲਾਸਟ ਹੋ ਜਾਂਦਾ ਤੇ ਚੰਗਿਆੜੇ ਜੋ ਨੇ ਉਹਨਾਂ ਦੇ ਉੱਪਰ ਡਿੱਗ ਜਾਂਦੇ ਨੇ। ਗਨੀਮਤ ਰਹਿੰਦੀ ਹੈ, ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਨਹੀਂ ਆਈ ਹੈ। ਹਾਲਾਂਕਿ ਪਰਿਵਾਰ ਦਾ ਵਾਲ ਵਾਲ ਬਚਾਅ ਹੋਇਆ ਤੇ ਇਸ ਦੌਰਾਨ ਸਾਰੀ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਸਾਰੇ ਲੋਹੜੀ ਬਾਲ ਕੇ ਆਲੇ ਦੁਆਲੇ ਅੱਗ ਦੇ ਬੈਠੇ ਹੁੰਦੇ ਨੇ, ਉਵੇਂ ਇਹ ਪਰਿਵਾਰ ਵੀ ਬਿਲਕੁਲ ਮੱਥਾ ਟੇਕ ਕੇ ਬੈਠਾ ਸੀ ਤੇ ਅਚਾਨਕ ਹੀ ਉਸ ਜੋ ਭੁੱਗਾ ਬਾਲਿਆ ਹੋਇਆ ਸੀ ਉਸ ਦੇ ਵਿੱਚ ਉਹਦੀ ਬਲਾਸਟ ਹੋ ਜਾਂਦਾ ਹੈ, ਜਿਸ ਤੋਂ ਬਾਅਦ ਬਲਾਸਟ ਹੋਣ ਤੋਂ ਬਾਅਦ ਜੋ ਚੰਗਿਆੜੇ ਨੇ ਉਹ ਇਹਨਾਂ ਪਰਿਵਾਰਕ ਮੈਂਬਰਾਂ ਦੇ ਉੱਤੇ ਡਿੱਗ ਪੈਂਦੇ ਨੇ। ਪਰ ਗਨੀਮਤ ਰਹਿੰਦੀ ਹੈ ਕਿ ਨਾਲ ਦੀ ਨਾਲ ਹੀ ਜੋ ਇਹ ਸਾਰੇ ਲੋਕ ਸੀ ਉਹ ਮੌਕੇ ਤੋਂ ਪਿੱਛੇ ਹੋ ਜਾਂਦੇ ਨੇ, ਜਿਸ ਕਾਰਨ ਕਿਹਾ ਜਾ ਰਿਹਾ ਕਿ ਵੱਡਾ ਬਚਾਅ ਹੋ ਗਿਆ ਤਾਂ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ। ਦੇਖੋ, ਫਰਸ਼ ਪਾਇਆ ਸੀਗਾ ਤੇ ਜਦੋਂ ਭੁੱਗਾ ਲਾਇਆ ਵਾ ਇਹਦੇ ਥੱਲੇ ਰੇਤ ਨਹੀਂ ਸੀ ਵਿਛਾਈ ਹੋਈ ਨਾ ਮਿੱਟੀ ਪਾਈ ਹੋਈ ਸੀ। ਅਚਾਨਕ ਜਦੋਂ ਅੱਗ ਤੇਜ਼ ਹੋਈ ਤਾਂ ਫਰਸ਼ ਗਰਮ ਹੋਣ ਕਾਰਨ ਫਟ ਗਿਆ, ਜਿਹੜਾ ਕਿ ਕਾਫੀ ਨੁਕਸਾਨ ਕਰ ਸਕਦਾ ਸੀਗਾ। ਵਾਹਿਗੁਰੂ ਦੀ ਕਿਰਪਾ ਰਹੀ ਕਿ ਨੁਕਸਾਨ ਜਿਹੜਾ ਉਹ ਨਹੀਂ ਹੋਇਆ।
ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਵਾਂ ਭੈਣ ਭਰਾਵਾਂ ਆਪਣੇ ਸਾਰਿਆਂ ਨੂੰ ਕਿ ਜਦੋਂ ਵੀ ਤੁਸੀਂ ਲੋਹੜੀ ਦੇ ਦਿਨ ਤਿਉਹਾਰ ਦੇ ਉੱਤੇ ਇਹੋ ਜਿਹਾ ਪ੍ਰੋਗਰਾਮ ਕਰਦੇ ਹੋ ਜਾਂ ਕੁਛ ਤੁਸੀਂ ਭੁੱਗਾ ਲਾਉਂਦੇ ਹੋ ਤਾਂ ਕਿਰਪਾ ਕਰਕੇ ਟਾਇਲ ਦੇ ਉੱਤੇ ਜਾਂ ਫਰਸ਼ ਦੇ ਉੱਪਰ ਮਿੱਟੀ ਜਾਂ ਰੇਤ ਜ਼ਰੂਰ ਵਿਛਾਇਆ ਕਰੋ ਤਾਂ ਕਿ ਜਿਹੜਾ ਕਿਸੇ ਦਾ ਨੁਕਸਾਨ ਜਿਹੜਾ ਵਾ ਉਹ ਨਾ ਹੋਵੇ, ਕਿਉਂਕਿ ਫਰਸ਼ ਅਕਸਰ ਗਰਮ ਹੋਣ ਕਾਰਨ ਫਟ ਜਾਂਦਾ ਵਾ। ਅਤੇ ਇਸੇ ਕਰਕੇ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਸੀਗਾ। ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਵਾਹਿਗੁਰੂ ਦੀ ਕਿਰਪਾ ਰਹੀ ਕਿ ਫੈਮਿਲੀ 'ਚ ਸਾਰੇ ਸੁੱਖ ਸ਼ਾਂਤ ਨੇ। ਅਤੇ ਮੇਰਾ ਇਹੀ ਮੈਸੇਜ ਹੈ ਕਿ ਤੁਸੀਂ ਵੀ ਜਦੋਂ ਕਿਤੇ ਵੀ ਲੋਹੜੀ 'ਤੇ ਅੱਗ ਲਾਉਂਦੇ ਹੋ, ਭੁੱਗਾ ਬਾਲਦੇ ਹੋ, ਅਤੇ ਉਹਦੇ ਥੱਲੇ ਰੇਤ ਜਾਂ ਮਿੱਟੀ ਜ਼ਰੂਰ ਵਿਛਾਇਆ ਕਰੋ ਤਾਂ ਕਿ ਜਿਹੜਾ ਵਾ ਇੱਦਾਂ ਦਾ ਨੁਕਸਾਨ ਜਿਹੜਾ ਵਾ ਉਹ ਨਾ ਹੋ ਸਕੇ।